ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿ ਉਹਨਾਂ ਦੀ ਵਿਚਾਰਧਾਰਾ ਕੀ ਸੀਗੀ ਕੀ ਨਹੀਂ ਸੀ ਲੇਕਿਨ ਇਹ ਗਲਤੀ ਜ਼ਰੂਰ ਹੋ ਗਈ ਉਹਨਾਂ ਤੋਂ ਕਿ ਵੀ ਜਿੰਨਾ ਚਿਰ ਗੁਰਨਾਮ ਸਿੰਘ ਇਹ ਤੇ ਸਪਸ਼ਟੀਕਰਨ ਨਹੀਂ ਦਿੰਦੇ ਉਹਨੇ ਚਿਰ ਲਈ ਇਹ ਸੱਤ ਮੈਂਬਰੀ ਕਮੇਟੀ ਚੋਂ ਉਹਨਾਂ ਨੂੰ ਮਤਲਬ ਸਸਪੈਂਡ ਕੀਤਾ ਗਿਆ ਸੀਗਾ ਮੇਰਾ ਖਿਆਲ ਹੈ ਤਿੰਨ ਮਹੀਨੇ ਅੰਦੋਲਨ ਪੰਜਾਬ ਦੇ ਵਿੱਚ ਚੱਲਿਆ ਦੋ ਮਹੀਨੇ ਇੱਥੇ ਹੋ ਚਲੇ ਪੰਜ ਮਹੀਨੇ ਹੋ ਗਏ ਅੰਦੋਲਨ ਚੱਲੀ ਜਾਂਦੇ ਨੇ ਅੱਜ ਤੱਕ ਭਪਿੰਦਰ ਮਾਨ ਜੀ ਮਤਲਬ ਅੰਦੋਲਨ ਦਾ 파ਟ ਨਹੀਂ ਬਣਿਆ ਜਿਦੇ ਕੇਰਲਾ ਚ ਇਹਨਾਂ ਨੇ ਲੰਗਰ ਲਾਇਆ ਜਿਦੇ ਉੜੀਸਾ ਚ ਇਹਨਾਂ ਨੇ ਲੰਗਰ ਲਾਇਆ ਜਿਦੇ ਕਰੋਨਾ ਦੇ ਦੌਰਾਨ ਇਹਨਾਂ ਨੇ ਲੰਗਰ ਲਾਏ ਲੋਕਾਂ ਨੂੰ ਖਾਏ ਨੇ ਉਹਦੇ ਤਾਂ ਇਹਨਾਂ ਨੂੰ ਮਤਲਬਤਵਾਦੀ ਨਜ਼ਰ ਨਹੀਂ ਆਏ ਅੱਜ ਜੇਕਰ ਕਿਸਾਨਾਂ ਦੇ ਅੰਦੋਲਨ ਦੀ ਉਹ ਹਮਾਇਤ ਕਰ ਰਹੇ ਨੇ ਲੰਗਰ ਲਾ ਰਹੇ ਨੇ ਤੇ ਅੱਜ ਉਹਨਾਂ ਨੂੰ ਐਨਆਈਏ ਦੇ ਨੋਟਿਸ ਆ ਰਹੇ ਨੇ ਨਹੀਂ ਐਨਆਈਏ ਦੇ ਮਸਲੇ ਤਾਂ ਉੱਠਣੇ ਹੀ ਉੱਠਣੇ ਆ ਇਹ ਤਾਂ ਹੋਏਗਾ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਔਰ ਜਿਹੜਾ ਉਹਨਾਂ ਦੀ ਇਹ ਗੱਲ ਹੈ ਕਿ ਤਿੰਨ ਕਾਨੂੰਨਾਂ ਤੋਂ ਪਾਸੇ ਹੋ ਗਏ ਮੈਨੂੰ ਸਮਝ ਨਹੀਂ ਲੱਗਦੀ ਕਿ ਕਿ ਤਿੰਨ ਕਾਨੂੰਨ ਹੀ ਤਾਂ ਸਾਡੀ ਲੜਾਈ ਦਾ ਅਜੰਡਾ ਹੈ ਇਹ ਸਾਡੀ ਇੱਕ ਬਹੁਤ ਵੱਡੀ ਮੂਵਮੈਂਟ ਹੈ ਇਹ ਜ਼ਰੂਰ ਹੈ ਗੱਲ ਕਿ ਐਕਸ਼ਨ ਵੱਡਾ ਹੈ ਤਕੜਾ ਐਕਸ਼ਨ ਹੈ ਇਹ ਵਿੱਚ ਇਹ ਨਹੀਂ ਹੈ ਕਿ ਲਾਸਟ ਟਾਈਮ ਐਕਸ਼ਨ ਹੈ ਇਹ ਇਹ ਲੜਾਈ ਬਹੁਤ ਲੰਬੀ ਚਲਣੀ ਹੈ ਕਹਿੰਦੇ ਨੇ ਪਰਿਵਾਰ ਹੁੰਦਾ ਹੈ ਪਰਿਵਾਰ 'ਚ ਵਕ-ਵਕ ਵਿਚਾਰਧਾਰਾ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਨਾਲ ਜੋੜ ਕੇ ਰੱਖ ਕਿ ਚਲਣਾ ਚਾਹੀਦਾ ਕਿਉਂਕਿ ਤਾਂ ਹੀ ਪਰਿਵਾਰ ਜੋ ਹੈ ਪੂਰਾ ਹੁੰਦਾ ਹੈ ਕਿਸਾਨ ਮੋਰਚੇ ਦੀ ਅਗਰ ਗੱਲ ਕਰੀਏ ਤਾਂ ਪਰਿਵਾਰ ਦੇ ਵਿਚਾਰ ਗੁਨਾਮ ਸਿੰਘ ਝੜੂਨੀ ਦੀ ਅਗਰ ਗੱਲ ਕਰੀਏ ਤਾਂ ਵਖ-ਵਖ ਗੱਲਾਂ ਜਿਸੀ ਸਾਹਮਣੇ ਆ ਰਹੀ ਸੀ ਜਿੱਥੇ ਵਿਰਾਮ ਲਾ ਦਿੱਤਾ ਗਿਆ ਮੇਰੇ ਨਾਲ ਜਗਜੀਤ ਸਿੰਘ ਢੱਲੇਵਾਲ ਜੀ ਨੇ ਅੰਟਲੇਵਾਲ ਜੀ ਕੀ ਵਿਚਾਰਧਾਰਾ ਅਜੇ ਹੀ ਵੱਖਰੀ ਸੀਗੀ ਕਿ ਉਹਨਾਂ ਨੇ ਚਿੱਠੀ ਲਿਖਦੀ ਦੇਖੋ ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿ ਉਹਨਾਂ ਦੀ ਵਿਚਾਰਧਾਰਾ ਕੀ ਸੀਗੀ ਕੀ ਨਹੀਂ ਸੀ ਲੇਕਿਨ ਇਹ ਗਲਤੀ ਜ਼ਰੂਰ ਹੋ ਗਈ ਉਹਨਾਂ ਤੋਂ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀਗੀ ਸੀਨੀਅਰ ਲੀਡਰਸ਼ਿਪ ਪੰਜਾਬ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਚਿੱਠੀ ਲਿਖੀ ਸੀ ਇਸ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਔਰ ਉਹ ਚਿੱਠੀ ਨੂੰ ਦੀ ਵਰਡਿੰਗ ਕੁਝ ਐਸੀ ਸੀ ਕਿ ਜਿਹਦੇ ਨੂੰ ਆਧਾਰ ਮਣਾ ਕੇ ਸਾਨੂੰ ਇਹ ਲੱਗਿਆ ਕਿ ਇਹਦੇ ਚ ਸਾਨੂੰ ਕਿਤੇ ਆਏ ਨਾ ਹੋਵੇ ਵੀ ਸਾਡਾ ਅੰਦੋਲਨ ਹੀ ਪੋਲਿਟਿਕਲ ਲੋਕਾਂ ਦੀ ਭੇਟ ਚੜ ਜੇ ਉਹਦੇ ਤੇ ਤੁਰੰਤ ਮਤਲਬ ਸਾਰੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ ਉਹਦੇ ਕੋਈ ਫੈਸਲਾ ਲੈਣਾ ਜ਼ਰੂਰੀ ਬਣਦਾ ਸੀ ਜਿਹਨੂੰ ਤੁਰੰਤ ਐਕਸ਼ਨ ਕਰਦੇ ਆ ਉਹ ਤੋਂ ਫੈਸਲਾ ਲੈਣਾ ਪਿਆ ਜਿਹਦੇ ਚ ਇਹ ਕਿਹਾ ਕੀਤਾ ਗਿਆ ਸੀ ਕਿ ਵੀ ਜਿੰਨਾਂ ਚਿਰ ਗੁਰਨਾਮ ਸਿੰਘ ਦੇ ਤੇ ਸਪਸ਼ਟੀਕਰਨ ਨਹੀਂ ਦਿੰਦੇ ਉਹਨੇ ਚਿਰ ਲਈ ਇਹ 7 ਮੈਂਬਰੀ ਕਮੇਟੀ ਚੋਂ ਉਹਨਾਂ ਨੂੰ ਮਤਲਬ ਸਸਪੈਂਡ ਕੀਤਾ ਗਿਆ ਸੀਗਾ ਔਰ ਜਿਹੜੀ ਸਰਕਾਰ ਨਾਲ ਮੀਟਿੰਗ ਕਰਨ ਵਾਲੀ ਜਿਹੜੀ ਕਮੇਟੀ ਸੀ ਉਹਦੇ ਚ ਵੀ ਉਹਨਾਂ ਨੂੰ ਮਤਲਬ ਪਾਸੇ ਕੀਤਾ ਸੀ ਉਹਨੇ ਚਿਰ ਲਈ ਔਰ ਉਹਨਾਂ ਦੇ ਸੰਗਠਨ ਦਾ ਕੋਈ ਹੋਰ ਆਦਮੀ ਉਹਦੇ ਵਿੱਚ ਮਤਲਬ ਉਹਨਾਂ ਦੀ ਥਾਂ ਤੇ ਕੰਮ ਕਰ ਸਕਦਾ ਸੀ ਇਹ ਇਹ ਰੱਖਿਆ ਗਿਆ ਸੀ ਇੰਨਾ ਕ ਤਾਂ ਹੁਣ ਉਸ ਤੋਂ ਬਾਅਦ ਜਿਹੜੀ ਗੱਲ ਆਈ ਕਿ ਅੱਜ ਦੀ ਅੱਜ ਫੇਰ ਸਪੈਸ਼ਲ ਮੀਟਿੰਗ ਸੱਦੀ ਗਈ ਸੰਯੁਕਤ ਕਿਸਾਨ ਮੋਰਚੇ ਦੀ ਉੱਪਰਲੀ ਜਿਹੜੀ 7 ਮੈਂਬਰੀ ਕਮੇਟੀ ਹੈ ਉਹ 7 ਮੈਂਬਰੀ ਕਮੇਟੀ ਦੇ ਵਿੱਚ ਆ ਕੇ ਉਹਨਾਂ ਨੇ ਮਤਲਬ ਆਪ ਦਾ ਰਿਟਰਨ ਦੇ ਵਿੱਚ ਉਹ ਅਹਿਸਾਸ ਕਰ ਲਿਆ ਕਿ ਮਤਲਬ ਅਸੀਂ ਗਲਤ ਕਰ ਬੈਠੇ ਹਾਂ ਤੇ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਮਤਲਬ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂ ਔਰ ਜਿੰਨਾ ਚਿਰ ਇਹ ਅੰਦੋਲਨ ਚੱਲੂਗਾ ਉਹਨਾਂ ਚਿਰ ਮੈਂ ਕਿਸੇ ਵੀ ਅਜਿਹੀ ਮਤਲਬ ਪੋਲੀਟੀਕਲ ਪਾਰਟੀ ਨਾਲ ਜਾਂ ਇਹੋ ਜਿਹਾ ਕਿਸੇ ਪ੍ਰੋਗਰਾਮ ਨਾਲ ਸਬੰਧ ਨਹੀਂ ਜੋੜਾਂਗਾ ਉਹ ਸਯੁਗਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਹੀ ਲਾਗੂ ਕਰੂੰਗਾ ਤਾਂ ਉਸ ਆਧਾਰ ਦੇ ਉੱਤੇ ਕਿ ਜਿਵੇਂ ਉਹਨੇ ਅੱਜ ਵਿੜੱਪਣ ਵਿਖਾ ਕੇ ਇਹ ਕੀਤਾ ਤਾਂ ਸਾਰਿਆਂ ਫਿਰ ਇਧਰਲੇ ਪਾਸੋਂ ਵੀ ਸਾਰੇ ਸਯੁਗਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਮਤਲਬ ਵੱਡਾ ਮੰਨ ਕਰਕੇ ਇਹ ਲਿਆ ਵੀ ਚਲੋ ਕੋਈ ਗੱਲ ਨਹੀਂ ਜੇ ਕਿਤੇ ਕਿਤੇ ਮਿਸਟੇਕ ਹੋਈ ਹੈ ਤਾਂ ਉਹਨੂੰ ਅੱਜ ਅੱਜ ਜਿਹੜਾ ਹਾਲਾਤ ਹੈ ਅੰਦੋਲਨ ਦਾ ਇਸ ਹਾਲਾਤਾਂ ਦੇ ਵਿੱਚ ਸਾਨੂੰ ਏਕਤਾ ਦੀ ਬਹੁਤ ਲੋੜ ਹੈ ਇਹਨਾਂ ਨੂੰ ਸਾਰਿਆਂ ਗੱਲਾਂ ਦਾ ਧਿਆਨ ਚ ਰੱਖ ਕੇ ਉਹਨਾਂ ਦੀ ਇਸ ਗਲਤੀ ਨੂੰ ਅਸੀਂ ਮਤਲਬ ਸਮਝਦਿਆਂ ਹੋਇਆ ਮਹਿਸੂਸ ਕਰ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਅਸੀਂ ਦੁਬਾਰਾ ਮਤਲਬ ਮੜ ਫੇਰ ਬਹ ਆ ਪਰਿਵਾਰ ਚ ਨਾਰਾਜ਼ਗੀ ਵਿਜ਼ਾਹਿ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਵੱਡਿਆਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਭੁਪਿੰਦਰ ਸਿੰਘ ਮਾਨ ਅਗਰ ਗਲਤੀ ਆਪਣੀ ਮੰਨ ਲੈਣੇ ਕਿ ਉਸਦੀ ਏਕੇ ਦੀ ਗੱਲ ਕਹੀ ਹੈ ਕਿ ਏਕਾ ਵੱਡਾ ਹੋਣਾ ਚਾਹੀਦਾ ਹੈ ਸਾਨੂੰ ਏਕੇ ਦੀ ਲੋੜ ਹੈਗੀ ਹੈ ਤੇ ਕੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਪਹਿਲੇ ਹੀ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਤੋਂ ਆਪਣਾ ਨਾਂ ਪਿੱਛੇ ਕਰ ਲਿਆ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਕਿਉਂਕਿ ਇਹ ਸੰਘਰਸ਼ ਲੰਬਾ ਜਾਣ ਵਾਲਾ ਹੈ ਜਿਵੇਂ ਇਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਸੋਚਦੇ ਹੋ ਜਾਂ ਵਿਚਾਰਮੰਦ ਦੇ ਵਿੱਚ ਆਉਂਦਾ ਕਿ ਅਗਰ ਉਹ ਆਂਦੇ ਨੇ ਇਦਾਂ ਹੀ ਆਪਣੇ ਸਪਸ਼ਟੀਕਰਨ ਜਾਂ ਕੁਝ ਦਿੰਦੇ ਨੇ ਤੁਸੀਂ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕਰੋਗੇ ਦੇਖੋ ਭਪਿੰਦਰ ਸਿੰਘ ਮਾਨ ਦੇ ਬਾਰੇ ਵਿੱਚ ਜੇ ਗੱਲ ਕਰੀਏ ਤਾਂ ਇਹ ਜਿਹੜੇ ਕਾਨੂੰਨ ਬਣ ਕੇ ਆਏ ਨੇ ਜਿਨ੍ਹਾਂ ਦੇ ਖਿਲਾਫ ਇਹ ਲੜਾਈ ਲੜੀ ਜਾ ਰਹੀ ਹੈ ਭਪਿੰਦਰ ਸਿੰਘ ਮਾਨ ਵੀ ਪੰਜਾਬ ਦੇ ਲੀਡਰ ਨੇ ਮੇਰਾ ਖਿਆਲ ਤਿੰਨ ਮਹੀਨੇ ਅੰਦੋਲਨ ਪੰਜਾਬ ਦੇ ਵਿੱਚ ਚੱਲਿਆ ਦੋ ਮਹੀਨੇ ਇੱਥੇ ਹੋ ਚਲੇ ਪੰਜ ਮਹੀਨੇ ਹੋ ਗਏ ਅੰਦੋਲਨ ਚੱਲੀ ਜਾਂਦੇ ਨੇ ਅੱਜ ਤੱਕ ਭਪਿੰਦਰ ਮਾਨ ਜੀ ਮਤਲਬ ਅੰਦੋਲਨ ਦਾ 파ਟ ਨਹੀਂ ਬਣਿਆ ਉਹ ਕਿਉਂ ਨਹੀਂ ਬਣੇ ਉਹ ਵੀ ਸਪਸ਼ਟ ਹੈ ਕਿ ਇਹ ਜਿਹੜੇ ਕਾਨੂੰਨ ਨਿਕਲ ਕੇ ਆਏ ਨੇ ਇਹ ਗੈਟ ਦੇ ਵਿੱਚੋਂ ਨਿਕਲ ਕੇ ਆਏ ਨੇ ਔਰ ਜਦੋਂ ਗੈਟ ਦੇ ਵਿੱਚੋਂ ਜਿਹੇ ਕਾਨੂੰਨ ਨਿਕਲ ਕੇ ਆਉਂਦੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸਾਨੂੰ ਇਹਨਾਂ ਕਾਨੂੰਨਾਂ ਦੀ ਹਮਾਇਤ ਕਰਨ ਵਾਲਾ ਜਿਹੜਾ ਵਿਅਕਤੀ ਹੈ ਜਿਹਦੇ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚੋਂ ਲਿਖਦਾ ਹੈ ਔਰ ਬੜੇ ਲੇਖ ਲਿਖੇ ਨੇ ਉਹਨਾਂ ਨੇ ਜਿਹੜੇ ਇਹਨਾਂ ਜਿਲੇ ਸਿੱਧ ਕਰਦੇ ਨੇ ਵੀ ਇਹਨਾਂ ਕਾਨੂੰਨਾਂ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਤੋ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੀ ਅਸੀਂ ਮਤਲਬ ਸਮਝਦੇ ਹਾਂ ਕਿ ਉਹਨਾਂ ਦੀ ਆਈਡਿਓਲੋਜੀ ਕੀ ਹੈ ਉਹ ਇਨ੍ਹਾਂ ਕਾਨੂੰਨਾਂ ਬਾਰੇ ਸਮਝ ਕੀ ਰੱਖਦੇ ਆ ਤੋ ਉਹਨਾਂ ਵਿਅਕਤੀਆਂ ਦਾ ਫਿਰ ਇਨ੍ਹਾਂ ਜਿਹੜੇ ਅੰਦੋਲਨ ਤੋਂ ਬਾਹਰ ਰਹਿਣਾ ਦੋਨੇ ਗੱਲਾਂ ਆਪਣੇ ਆਪ ਚ ਸਿੱਧ ਕਰਦੀਆਂ ਕਿ ਉਹ ਇਨ੍ਹਾਂ ਕਾਨੂੰਨਾਂ ਦੇ ਹੱਕ ਚ ਨੇ ਕਾਨੂੰਨ ਰੱਦ ਕਰਾਉਣ ਦੀ ਉਹਨਾਂ ਦੀ ਕੋਈ ਭਾਵਨਾ ਨਹੀਂ ਔਰ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਮੇਰਾ ਖਿਆਲ ਹੈ ਜੇ ਕੋਈ ਕੱਲ ਨੂੰ ਆਉਣਗੇ ਵੀ ਦਾ ਇਹ ਸਾਡੇ ਵਿਚਾਰ ਦਾ ਵਿਸ਼ਾ ਹੋਏਗੀ ਇਹ ਗੱਲ ਕਿ ਇਹ ਸਾਰੀਆਂ ਗੱਲਾਂ ਵਿਚਾਰ ਕੇ ਹੀ ਕੋਈ ਗੱਲ ਕੀਤੀ ਜਾਏਗੀ ਤੇ ਤੁਰੰਤ ਮਤਲਬ ਫੋਰੀ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾ ਸਕਦਾ ਨਾ ਹਾਂ ਪਰਿਵਾਰ ਦੀ ਏਕੇ ਦੀ ਗੱਲ ਕਰਦੇ ਨੇ ਜਦ ਤੱਕ ਇਹਨੂੰ ਤੋੜਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਮੈਂ ਗੱਲ ਕਰੀ ਐਨਆਈਏ ਦੀ ਐਨਆਈਏ ਵੱਲੋਂ ਜਿਹੜਾ ਹੈ ਕਾਫੀ ਕਲਾਕਾਰਾਂ ਲੰਗਰ ਲਾਉਣ ਵਾਲੇ ਟਰਾਂਸਪੋਰਟਰਾਂ ਆੜਤੀਆਂ ਨੂੰ ਜਿਹੜਾ ਹੈ ਨੋਟਿਸ ਭੇਜ ਗਏ ਨੇ ਤੁਸੀਂ ਉਸ ਤੇ ਕਿਵੇਂ ਵਿਚਾਰ ਕਰਦੇ ਹੋ ਕਿ ਕੀ ਲੱਗਦਾ ਤੁਹਾਨੂੰ ਕਿ ਇਹ ਇਸ ਅੰਦੋਲਨ ਜਾਂ ਮਾਰਚ ਨੂੰ ਜੋ ਹੈ ਤੋੜਨ ਦੀ ਕੋਸ਼ਿਸ਼ ਕਰ ਸਕਦੇ ਪੂਰੇ ਤਰੀਕੇ ਨਾਲ ਦੇਖੋ ਯਤਨ ਤਾਂ ਹੈ ਉਹਨਾਂ ਦਾ ਜਿੱਥੋਂ-ਜਿੱਥੋਂ ਵੀ ਜੇ ਆ ਸਾਨੂੰ ਲੰਗਰ ਦੀ ਸਪੋਰਟ ਮਿਲ ਰਹੀ ਹੈ ਤੇ ਉਹ ਲੰਗਰ ਲਾਉਣ ਵਾਲੇ ਬਾਬਿਆਂ ਨੂੰ ਇਹਨਾਂ ਨੇ ਐਨਆਈਐਨ ਮਤਲਬ ਨੋਟਿਸ ਕੱਢੇ ਨੇ ਮੈਂ ਬੇਨਤੀ ਕਰਦਾ ਇਹਨੂੰ ਵਿਚਾਰਿਆ ਜਾਵੇ ਜੇਕਰ ਇਹੀ ਬਾਬੇ ਇਹੀ ਰਵੀ ਸਿੰਘ ਵਰਗੇ ਜਿਨ੍ਹਾਂ ਤੇ ਅੱਜੇ ਦੋਸ਼ ਲਾਏ ਜਾ ਰਹੇ ਨੇ ਜਿਹਦੇ ਕੇਰਲਾ 'ਚ ਇਹਨਾਂ ਨੇ ਲੰਗਰ ਲਾਇਆ ਜਿਹਦੇ ਉੜੀਸਾ 'ਚ ਇਹਨਾਂ ਨੇ ਲੰਗਰ ਲਾਇਆ ਜਿਹਦੇ ਕਰੋਨਾ ਦੇ ਦੌਰਾਨ ਇਹਨਾਂ ਨੇ ਲੰਗਰ ਲਾਏ ਲੋਕਾਂ ਨੂੰ ਖਾਏ ਨੇ ਉਹਦੇ ਤੇ ਇਹਨਾਂ ਨੂੰ ਮਤਲਬਾਤਵਾਦੀ ਨਜ਼ਰ ਨਹੀਂ ਆਏ ਅੱਜ ਅਗਰ ਕਿਸਾਨਾਂ ਦੇ ਅੰਦੋਲਨ ਦੀ ਉਹ ਹਮਾਇਤ ਕਰ ਰਹੇ ਨੇ ਲੰਗਰ ਲਾ ਰਹੇ ਨੇ ਤੇ ਅੱਜ ਉਹਨਾਂ ਨੂੰ ਐਨਆਈਏ ਦੇ ਨੋਟਿਸ ਆ ਰਹੇ ਨੇ ਇਸੇ ਤਰ੍ਹਾਂ ਜਿਹੜੇ ਬੱਸਾਂ ਵਾਲੇ ਵੀਰ ਸਾਡੇ ਅੰਦੋਲਨਕਾਰੀਆਂ ਨੂੰ ਇੱਥੇ ਛੱਡਦੇ ਨੇ ਇੱਥੋਂ ਲੈ ਜਾਂਦੇ ਨੇ ਉਹ ਬੱਸ ਸਰਵਿਸ ਪ੍ਰੋਵਾਈਡ ਕਰਵਾਉਂਦੇ ਜਿਹੜੇ ਉਨ੍ਹਾਂ ਦੇ ਉੱਤੇ ਐਨਆਈ ਦੇ ਮਤਲਬ ਨੋਟਿਸ ਜਾਰੀ ਹੋ ਜਾਣੇ ਜਾਂ ਗਾਇਕ ਕਲਾਕਾਰ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਹੈ ਉਹਨਾਂ ਨੂੰ ਅਜਿਹੇ ਨੋਟਿਸ ਜਾਰੀ ਕਰ ਦੇਣੇ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਇਹ ਸਿੱਧ ਸਪਸ਼ਟ ਹੈ ਬਿਲਕੁਲ ਕਲੀਅਰ ਸਰਕਾਰ ਦੀ ਕਾਰਵਾਈ ਇੱਕ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਕਿ ਵਿੰਗੇਟੇ ਦੇ ਢੰਗ ਦੇ ਨਾਲ ਇਸ ਅੰਦੋਲਨ ਦੀ ਜਿਹੜੀ ਬੈਕ ਹੈ ਉਹਨੂੰ ਕਮਜ਼ੋਰ ਕਰਨ ਦਾ ਕੋਸ਼ਿਸ਼ ਕਰ ਰਹੀ ਹੈ ਸਰਕਾਰ ਲੇਕਿਨ ਲੋਕ ਬੜੇ ਨਿਧੜਕ ਹੋ ਕੇ ਇਸ ਅੰਦੋਲਨ ਨਾਲ ਜੁੜੇ ਨੇ ਉਹ ਸਮਝਦੇ ਨੇ ਉਹ ਮਨ ਬਣਾ ਚੁੱਕੇ ਨੇ ਕਿ ਚਾਹੇ ਕੁਝ ਵੀ ਹੋਵੇ ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਹੈ ਕਿ ਜੇ ਕਿਸਾਨ ਨਹੀਂ ਤਾਂ ਰੋਟੀ ਨਹੀਂ। ਅਗਰ ਕਿਸਾਨੀ ਰਹੇਗੀ ਤਾਂ ਰੋਟੀ ਰਹੇਗੀ। ਪੇਟ ਤਾਂ ਹੀ ਭਰ ਸਕੇਗਾ ਅਗਰ ਕਿਸਾਨ ਖੇਤੀ ਕਰੇਗਾ ਤਾਂ। ਸੁਵੇਸ਼ ਕਰਕੇ ਉਹ ਸਾਰੇ ਮਨ ਲਾ ਕੇ ਕਿਸਾਨੀ ਦੇ ਨਾਲ ਖੜੇ ਨੇ। ਕੀ ਹੋਏਗਾ ਜਦੋਂ ਅਸੀਂ ਸਮਝਦੇ ਹਾਂ ਕਿ ਸਾਡੀ ਹੋਂਦ ਖਤਰੇ 'ਚ ਹੈ। ਸਾਡੀ ਆਉਣ ਵਾਲੀ ਜਨਰੇਸ਼ਨ ਦੀ ਜਿਹੜੀ ਜਿਹੜੀ ਜ਼ਿੰਦਗੀ ਹੈ ਖਤਰੇ 'ਚ ਹੈ। ਉਹਨਾਂ ਹਾਲਾਤਾਂ ਦੇ ਵਿੱਚ ਐਨਆਈਏ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਕਾਨੂੰਨ ਕੇਸ ਬਣਾ ਕੇ ਮੁਕਦਮੇ ਚਲਾ ਕੇ ਕੀ ਕਰ ਸਕਦੀ ਹੈ ਸਰਕਾਰ ਸਾਨੂੰ ਜੇਲ੍ਹ ਰੱਖ ਸਕਦੀ ਹੈ ਤੇ ਜੇ ਰੱਖ ਲੂਗੀ ਤਾਂ ਕੀ ਫਰਕ ਪੈ ਜੂ ਉਮਰ ਸਾਰੀ ਲੰਗੀ ਪਈ ਹੈ ਜੇ 20 ਸਾਲ ਜਾਂ 15 ਸਾਲ ਸਾਨੂੰ ਜੇਲ੍ਹ 'ਚ ਵੀ ਰੱਖ ਲੂ ਔਰ ਅਸੀਂ ਜ਼ਮੀਨ ਬਚਾ ਜੀਏ ਤਾਂ ਮੈਂ ਕਹਾਂਗਾ ਕਿ ਇਹ ਦੂ ਸਸਤਾ ਸੌਦਾ ਸਾਡੇ ਲਈ ਹੋਰ ਕੋਈ ਨਹੀਂਗਾ ਔਰ ਇਹ ਸਾਰੇ ਇਹ ਸਮਝ ਬਣਾ ਕੇ ਚੱਲ ਰਹੇ ਨੇ ਸਰਕਾਰ ਦੀ ਇਸ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਲੋਕ ਲੋਕ ਇਸ ਅੰਦੋਲਨ ਦੇ ਵਿੱਚ ਤਣ ਮਨ ਇੱਕ ਕਰਕੇ ਲੜਾਈ ਲੜ ਰਿਹਾ ਜਿੱਤਾਂਗੇ ਮંત્રી ਸਾਹਿਬ ਨੇ ਇੱਕ 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 ਇਹ ਵੀ ਗੱਲ ਆਖੀ ਹੈਗੀ ਹੈ ਕਿ ਤਿੰਨ ਕਾਨੂੰਨਾਂ ਤੇ ਪਰੇ ਅਗਰ ਕੋਈ ਗੱਲ ਕਰਨੀ ਹੈ ਕੋਈ ਮਸਲਾ ਹੈਗਾ ਤਾਂ ਦੱਸ ਦੋ ਤੇ ਤੁਸੀਂ ਇਹ ਮਸਲੇ ਜਾ ਕੇ ਕੱਲ ਰੱਖੋਗੇ ਬੈਠਕ ਦੇ ਵਿੱਚ ਨਹੀਂ ਐਨਆਈਏ ਦੇ ਮਸਲੇ ਤਾਂ ਉੱਠਣੇ ਹੀ ਉੱਠਣੇ ਆ ਇਹ ਤਾਂ ਹੋਏਗਾ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਔਰ ਜਿਹੜਾ ਉਹਨਾਂ ਦੀ ਇਹ ਗੱਲ ਹੈ ਕਿ ਤਿੰਨ ਕਾਨੂੰਨਾਂ ਤੋਂ ਪਾਸੇ ਹੋ ਕੇ ਮੈਨੂੰ ਸਮਝ ਨਹੀਂ ਲੱਗਦੀ ਕਿ ਕਿ ਤਿੰਨ ਕਾਨੂੰਨ ਹੀ ਤਾਂ ਸਾਡੀ ਲੜਾਈ ਦਾ ਅਜੰਡਾ ਹੈ ਇਹਨਾਂ ਕਾਨੂੰਨਾਂ ਤੇ ਹੀ ਲੜਾਈ ਸ਼ੁਰੂ ਹੋਈ ਹੈ ਔਰ ਇੱਥੇ ਸਰਕਾਰ ਦਾ ਪਿਛਲੇ ਦਿਨੀ ਕੱਲ ਇੱਥੇ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਇੱਕ ਬੜਾ ਵਧੀਆ ਸਾਨੂੰ ਗੱਲ ਲੱਗੀ ਉਹਨਾਂ ਦੀ ਉਹ ਕਹਿੰਦੇ ਵੀ ਸਰਕਾਰ ਕਹਿੰਦੀ ਹੈ ਸਾਡੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਤੇ ਇਹ ਗੱਲ ਜ਼ਾਹਰ ਕਰਦੀ ਹੈ ਜਿਉ ਮਜਬੂਰੀ ਦੀਆਂ ਗੱਲਾਂ ਕਰਦੇ ਨੇ ਤੇ ਇਹਦਾ ਮਤਲਬ ਹੈ ਕਿ ਇਹਨਾਂ ਕਾਨੂੰਨਾਂ ਨੂੰ ਪਿੱਛੇ ਹਟ ਕਾਨੂੰਨਾਂ ਤੋਂ ਪਿੱਛੇ ਹਟਣ ਵਾਸਤੇ ਸਰਕਾਰ ਨੂੰ ਕੋਈ ਦਬਾਅ ਹੈ ਮਗਰ ਉਹ ਜਿਹੜਾ ਕਹਿੰਦਾ ਵੀ ਇਹ ਕਾਨੂੰਨਾਂ ਤੋਂ ਪਿੱਛੇ ਨਹੀਂ ਹਟਣਾ ਸਰਕਾਰ ਦੀ ਆਪਦੀ ਕੋਈ ਮਰਜ਼ੀ ਨਹੀਂ ਤੇ ਜੇ ਸਮਝਾਂਗੇ ਸਰਕਾਰ ਹੁਣ ਇੱਕ ਪਾਸੇ ਉਹ ਲੋਕ ਨੇ ਸਰਕਾਰ ਵਿਚਾਲੇ ਫਸੀ ਹੋਈ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਇਹਨਾਂ ਕਾਨੂੰਨਾਂ ਦੇ ਜਰੀਏ ਕਿਸਾਨ ਦੀ ਜ਼ਮੀਨ ਰੱਖਣ ਲੈਣੀ ਆ ਸੀ ਇੱਕ ਪਾਸੇ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਕਿਸਾਨ ਦੀ ਜ਼ਮੀਨ ਨਹੀਂ ਜਾਣੀ ਚਾਹੀਦੀ ਖੇਤੀ ਕਿਸਾਨੀ ਕੀਤਾ ਜਉਂਦਾ ਰਹਿਣਾ ਚਾਹੀਦਾ ਔਰ ਲੋਕਾਂ ਦਾ ਅੰਨ ਦੀ ਦੇ ਨਾਲ ਢੱਡ ਭਰਨ ਵਾਲਾ ਜਿਹੜਾ ਸਾਧਨ ਹੈ ਉਹ ਕੈਮਰੇ ਨਾਲ ਚਾਹੀਦਾ ਲੋਕਾਂ ਦੇ ਮੂੰਹ ਤੋਂ ਣ ਵਾਲਾ ਨਹੀਂ ਖੋਇਆ ਜਾਣਾ ਚਾਹੀਦਾ ਇੱਕ ਪਾਸੇ ਉਹ ਲੋਕ ਖੜੇ ਨੇ ਹੌਲੀ ਹੌਲੀ ਮਤਲਬ ਵਾਇਗਰੂ ਭਲੀ ਕਰੇ ਇਸ ਅੰਦੋਲਨ ਨੇ ਹੋਰ ਵੱਡੀ ਪੱਧਰ ਤੇ ਤੇ ਪ੍ਰਚੰਡ ਹੋ ਕੇ ਅੱਗੇ ਆਉਣਾ ਔਰ ਸਰਕਾਰ ਨੂੰ ਇਹਦੇ ਮੂਰੇ ਝੁਕਣਾ ਪੈਣਾ ਔਰ ਉਹਨਾਂ ਦਾ ਪੱਲਾ ਛੱਡਣਾ ਪੈਣਾ ਇੱਕ ਪਾਸੇ ਸਰਕਾਰ ਇੱਕ ਪਾਸੇ ਕਾਰਪੋਰੇਟ ਘਰਾਣੇ ਵਿੱਚ ਫਸੇ ਨੇ ਕਿਸਾਨ ਕਿਸਾਨਾਂ ਦੀ ਅਗਰ ਗੱਲ ਕਰਦੇ ਨੇ ਤਾਂ ਬਹੁਤ ਸਾਰੇ ਲੋਕ ਟਰੈਕਟਰ ਟੂ ਟਵਿੱਟਰ ਦੀ ਗੱਲ ਕਰਦੇ ਨੇ ਜਦ ਟਰੈਕਟਰ ਟੂ ਟਵਿੱਟਰ ਦੀ ਗੱਲ ਹੁੰਦੀ ਹੈ ਤਾਂ ਗੱਲ ਹੁੰਦੀ ਹੈ ਨਾਲ ਹੀ 26 ਜਨਵਰੀ ਦੀ 26 ਜਨਵਰੀ ਦੀ ਗੱਲ ਕਰੀਏ ਟਰੈਕਟਰ ਮ ਕਿਉਂਕਿ ਬਹੁਤ ਸਾਰੇ ਲੋਕ ਇਜ਼ਤ ਦੋਜ਼ਾਇਦ ਲਾਰੇ ਨੇ ਲੋਕੀ ਪਰੇਸ਼ਾਨ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲਾਂ ਹੁੰਦੀ ਹੈ ਕਿ ਕੋਈ ਘਟਨਾ ਵਾਪਰ ਸਕਦੀ ਹੈ ਕਿ ਸਾਨੂੰ ਜਾਣਾ ਚਾਹੀਦਾ ਕਈ ਪਿੰਡਵ ਦੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਇੱਥੇ ਪਹੁੰਚਣਾ ਜ਼ਰੂਰੀ ਹੈਗਾ ਨਹੀਂ ਤਾਂ ਤੁਹਾਨੂੰ ਬਾਈਕਾਟ ਜਿਹੇ 스ਪਿੰਡੋ ਵੀ ਕੀਤਾ ਜਾਏਗਾ ਦੇਖੋ ਇਹ ਇਹ ਇੱਕ ਇਹ ਭਾਵਨਾ ਹੈ ਜੀ ਇਹ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਵੱਡੀ ਭਾਵਨਾ ਹੈ ਲੋਕਾਂ ਦੇ ਅੰਦਰ ਕਿ ਤੁਹਾਡਾ ਬਾਈਕਾਟ ਕਰ ਦਾਂਗੇ ਜੇ ਤੁਸੀਂ ਉੱਥੇ ਨਾ ਗਏ ਤਾਂ ਤਾਂ ਇਹ ਇੱਕ ਲੋਕਾਂ ਦਾ ਮਨ ਹੈ ਇਸ ਨਾਲ ਕਾਨੂੰਨਾਂ ਦੇ ਖਿਲਾਫ ਇੱਕ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ ਹੈ ਕਿ ਇਹ ਕਾਨੂੰਨ ਰੱਦ ਕਰਾਉਣਾ ਹੀ ਕਰਾਉਣੇ ਆ ਚਾਹੇ ਕੁਝ ਵੀ ਕਰਨਾ ਪਵੇ ਪਰ ਇੱਕ ਗੱਲ ਇਹ ਹੈ ਮੈਂ ਆਪ ਜੀ ਦੇ ਮਾਧਮ ਦੇ ਰਾਹੀਂ ਸਾਡੇ ਸਾਰੇ ਪੰਜਾਬੀਆਂ ਨੂੰ ਹਿੰਦੁਸਤਾਨ ਚ ਬੈਠੇ ਵੀਰਾਂ ਨੂੰ ਜਿਹੜੇ ਅੱਜ ਇਹਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹ ਜਿਹੜਾ 26 ਜਨਵਰੀ ਹੈ ਨਾ ਇਹਨੂੰ ਇਹ ਨਹੀਂ ਮੰਨਣਾ ਕਿ ਸਾਡਾ ਇਹ ਇੱਕੋ ਇਹੀ ਮੂਵਮੈਂਟ ਹੈ ਦੀ ਇਹ ਮੂਵਮੈਂਟ ਨਾਲ ਅਸੀਂ ਜਿੱਤ ਕੇ ਮੁੜਨਾ ਹੈ ਇਹ ਸਾਡੀ ਇੱਕ ਬਹੁਤ ਵੱਡੀ ਮੂਵਮੈਂਟ ਹੈ ਇਹ ਜ਼ਰੂਰ ਹੈ ਗੱਲ ਕਿ ਐਕਸ਼ਨ ਵੱਡਾ ਹੈ ਤਕੜਾ ਐਕਸ਼ਨ ਹੈ ਇਹ ਵਿੱਚ ਇਹ ਨਹੀਂ ਹੈ ਕਿ ਲਾਸਟ ਐਕਸ਼ਨ ਹੈ ਇਹ ਇਹ ਲੜਾਈ ਬਹੁਤ ਲੰਬੀ ਚਲਣੀ ਹੈ ਇਹ ਕਾਰਪੋਰੇਟ ਲੋਕਾਂ ਨਾਲ ਕੱਲਿਆਂ ਨਾਲ ਨਹੀਂ ਅਮਰੀਕਾ ਦੀ ਨੀਤੀ ਨਾਲ ਲੜਾਈ ਹੈ ਸਾਡੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਨਾ ਮੋਦੀ ਨਾਲ ਲੜਾਈ ਹੈ ਇਹਨਾਂ ਸੋਚੋ ਵੀ ਇਹ ਮੋਦੀ ਨੂੰ ਹਰਾਉਣਾ ਸੀ ਨਾ ਇਹ ਲੜਾਈ ਹੈ ਕਾਰਪੋਰੇਟਾਂ ਨਾਲ ਇਹ ਲੜਾਈ ਹੈ ਡਬਲਯੂਟੀਓ ਨਾਲ ਇਹ ਲੜਾਈ ਹੈ ਅਮਰੀਕਾ ਵਰਗੇ ਦੇਸ਼ਾਂ ਨਾਲ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਦੇਸ਼ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਨੇ ਔਰ ਉਹਦੇ ਨਾਲ ਲੜਾਈ ਲੜ ਰਹੇ ਹਾਂ ਇਹ ਲੜਾਈ ਬਹੁਤ ਲੰਬੀ ਲੜਨੀ ਪੈਣੀ ਹੈ ਤਕੜੇ ਹੋ ਕੇ ਧੰਬਲ ਨਾਲ ਲੜੋ ਜਿੱਤਾਂਗੇ ਜੇ ਕਿਤੇ ਮਾੜੀ ਜਿਹੀ ਗਲਤੀ ਕਰਕੇ ਲੜਾਈ ਹਾਰ ਜਾਗੇ ਲੜਾਈ ਹਾਰ ਕੇ ਮੁਰ ਦੁਬਾਰਾ ਅੰਦੋਲਨ ਨਹੀਂ ਉੱਠੇਗਾ ਬਹੁਤ ਵਧੀਆ ਗੱਲ ਕੀਤੀ ਹੈ ਤੁਹਾਨੂੰ ਬਹੁਤ ਬਹੁਤ ਤਨ ਬਾ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਦੱਸ ਦਈਏ ਕਿ ਇਹ ਅੰਦੋਲਨ ਜੇ ਹੈ ਇਹਨੂੰ ਅੱਗੇ ਲੈ ਕੇ ਜਾਣ ਵਾਸਤੇ ਲੋਕਾਂ ਨੂੰ ਜੇ ਹੈ ਮਜ਼ਬੂਤ ਹੋਣਾ ਪਏਗਾ ਇਹੀ ਸਭ ਤੋਂ ਵੱਡੀ ਗੱਲ ਹੈਗੀ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਨਿਰੂਪ ਚਰਵਨ ਫੈਕਟ ਨਿਊਜ਼ ਹੱਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ði ਫੈਕਟ ਨਿਊਜ਼